ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਧੰਨ ਧੰਨ ਮਸਤ ਬਾਬਾ ਚਿੰਤਾ ਭਗਤ ਜੀ, ਧੰਨ ਧੰਨ ਮਸਤ ਬਾਬਾ ਅਮਿਤ ਚੰਦ ਜੀ ਦੀ ਯਾਦ ਵਿੱਚ ਬਾਬਾ ਪਿਆਰਾ ਜੀ ਦੀ ਅਗਵਾਈ ਵਿੱਚ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਅਮਿਤ ਚੰਦ ਜੀ ਦੇ ਜਨਮ ਅਸਥਾਨ ਪਿੰਡ ਪਾਸਲਾ ਵਿਖੇ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਨਿਸ਼ਾਨ ਸਾਹਿਬ ਦੇ ਚੋਲਿਆਂ ਦੀ ਸੇਵਾ ਅਤੇ ਦਰਬਾਰ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਮੇਲੇ ਦੇ ਦੂਜੇ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਕਮਲ ਖਾਨ ਅਤੇ ਮਾਸ਼ਾਲੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਮੇਲੇ ਦੇ ਤੀਜੇ ਦਿਨ ਪ੍ਰਸਿੱਧ ਗਾਇਕ ਜੀ ਖਾਨ ਅਤੇ ਬਲਰਾਜ ਬਿਲਗਾ ਨੇ ਆਪਣੇ ਪ੍ਰਸਿੱਧ ਗੀਤ ਗਾ ਕੇ ਦਰਬਾਰ ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਦਰਬਾਰ ਤੇ ਪਹੁੰਚ ਕੇ ਮੱਥਾ ਟੇਕ ਆਪਣਾ ਜੀਵਨ ਸਫਲਾ ਕੀਤਾ। ਇਸ ਮੌਕੇ ਧੰਨ ਧੰਨ ਬਾਬਾ ਚਿੰਤਾ ਭਗਤ ਜੀ, ਧੰਨ ਧੰਨ ਬਾਬਾ ਅਮਿਤ ਚੰਦ ਜੀ, ਪ੍ਰਬੰਧਕ ਕਮੇਟੀ ਰੁੜਕਾ ਕਲਾਂ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਲੰਗਰ ਸੰਗਤ ਵਿੱਚ ਅਟੁੱਟ ਵਰਤਾਇਆ ਗਿਆ। ਇਸ ਮੌਕੇ ਬੇੜੇ ਤਾਰਨ ਦੀ ਰਸਮ ਵੀ ਅਦਾ ਕੀਤੀ ਗਈ। ਤੇਰੀ ਬੇਟੀ।
ਖਿਆਲ ਚ ਮੈਂ ਆਪਣਾ ਘਰ ਵੀ ਲੈ ਲਿਆ ਵਾ ਔਰ ਪਾਸਪੋਰਟ ਤੇ ਕੋਈ ਜਗ੍ਹਾ ਵੀ ਨਹੀਂ। ਆ ਦੁਨੀਆ ਦੂਰੋਂ ਦੇ ਮੇਰੇ ਆਈ ਹੋਈ ਏ, ਕਹਿੰਦਾ ਕਿਉਂ ਨਾ ਫਿਰ ਚੁੱਕੇ ਇਹਦਾ ਦੁਨੀਆ ਚੁੱਕ ਦੀ ਇਨਸਾਨ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਜੀ ਹੈ। ਸਾਰਿਆਂ ਨੂੰ ਬਾਬਾ ਜੀ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ।
ਬਾਪੂ ਅਮੀ ਚੰਦ ਜੀ ਮਹਾਰਾਜ ਪਿੰਡ ਪਾਸਲਾ ਉਹਨਾਂ ਦੇ ਜਨਮ ਸਥਾਨ, ਉਹਨਾਂ ਦਾ ਜਨਮ ਸਥਾਨ ਦਰਬਾਰ ਦੇ ਉੱਤੇ ਬਾਬਾ ਜੀ ਦੀ ਯਾਦ ਦੇ ਵਿੱਚ ਮੇਲਾ ਲਗਵਾਇਆ ਜਾ ਗਿਆ। 2 ਤਰੀਕ ਤੋਂ ਬਾਬਾ ਜੀ ਦੀ ਯਾਦ ਦੇ ਵਿੱਚ ਮਹਿੰਦੀ ਦੀ ਰਸਮ ਸੀ ਔਰ 3 ਤਰੀਕ ਨੂੰ ਨਿਸ਼ਾਨ ਸਾਹਿਬ ਜੀ ਦੀ ਰਸਮ ਤੋਂ ਬਾਅਦ ਰਾਤ ਨੂੰ ਕਵਾਲੀਆਂ ਦੀ ਰਸਮ ਹੋਈ। ਕਵਾਲੀਆਂ ਦੇ ਵਿੱਚ ਬਹੁਤ ਸਾਰੇ ਖੂਬਸੂਰਤ ਕਵਾਲਾਂ ਨੇ ਬਾਬਾ ਜੀ ਦੇ ਚਰਨਾਂ ਨਾਲ ਜੋੜਿਆ। 4 ਤਰੀਕ ਨੂੰ ਸੱਭਿਆਚਾਰਕ ਮੇਲਾ ਹੋਇਆ ਬਾਬਾ ਜੀ ਦੀ ਯਾਦ ਦੇ ਵਿੱਚ, ਇਸ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਕਲਾਕਾਰਾਂ ਨੇ ਹਾਜ਼ਰੀ ਲਵਾਈ ਔਰ ਇਸੇ ਤਰ੍ਹਾਂ 5 ਤਰੀਕ ਨੂੰ ਜਾਣੀ ਕਿ ਅੱਜ ਵੀ ਖੂਬਸੂਰਤ ਕਲਾਕਾਰ ਹਿੰਦੁਸਤਾਨ ਦੇ ਮਸ਼ਹੂਰ ਕਲਾਕਾਰਾਂ ਨੇ ਬਾਬਾ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਔਰ ਸਾਰੀਆਂ ਸੰਗਤਾਂ ਨੇ ਹੁੰਮ ਹੁਮਾ ਕੇ ਬਾਬਾ ਜੀ ਦੇ ਮੇਲੇ 'ਚ ਦਰਸ਼ਨ ਦਿੱਤੇ ਅਤੇ ਦਰਸ਼ਨ ਕੀਤੇ ਮਹਾਂਪੁਰਸ਼ਾਂ ਦੇ। ਔਰ ਕੱਲ੍ਹ ਨੂੰ ਬਾਬਾ ਜੀ ਦੀ ਯਾਦ ਵਿੱਚ ਇਸੇ ਤਰ੍ਹਾਂ ਛਿੰਝ ਮੇਲਾ ਅਤੇ ਪਰਸੋਂ ਨੂੰ ਬਾਬਾ ਜੀ ਦੀ ਯਾਦ ਦੇ ਵਿੱਚ ਬੇੜਿਆਂ ਦੀ ਰਸਮ ਹੋਵੇਗੀ। ਸਾਰੀਆਂ ਸੰਗਤਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਜੀ, ਜੈ ਮਸਤਾਂ ਦੀ, ਜੈ ਦਾਦਿਆਂ ਦੀ, ਜੈ ਸਾਂਝ। ਸੋ ਬਾਬਾ ਅਮੀ ਚੰਦ, ਬਾਬਾ ਚਿੰਤਾ ਜੀ ਦਾ ਇਹ ਮੇਲਾ ਬਾਬਾ ਪਿਆਰੇ ਰਾਮ ਜੀ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਨਾਲ ਸਾਰੀ ਸੰਗਤ ਦੇ, ਬਾਬਾ ਚਿੰਤਾ ਭਗਤ ਜੀ, ਬਾਪੂ ਅਮੀ ਚੰਦ ਜੀ ਅਤੇ ਪਿੰਡ ਪਾਸਲਾ ਜੀ ਦੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਹ ਬਾਬਾ ਜੀ ਦਾ ਮੇਲਾ ਕਰਵਾਇਆ ਗਿਆ।